ਵੈਲਕਮ ਗਾਇਸ ਵੈਲਕਮ ਤੁਹਾਡਾ ਮੇਰੇ YouTube ਚੈਨਲ ਲਿਵਾਸ ਤੇ ਅੱਜ ਅਸੀਂ ਫਿਰ ਇੱਕ ਨਵਾਂ ਸੂਟ ਲੈ ਕੇ ਆਏ ਹਾਂ ਇਹ ਜੋਰਜਟ ਸਟਫ ਤੇ ਬਣਿਆ ਹੋਇਆ ਇਹ ਇੱਕ ਪੇਂਟ ਵਾਲਾ ਸੂਟ ਹੈਗਾ ਬਟ ਇਹ ਪੇਂਟ ਜਿਹੜਾ ਹੈਗਾ ਉਹ ਸ਼ਾਈਨ ਵਾਲਾ ਅਸੀਂ ਪਹਿਲਾਂ ਵੀ ਇਹਦੇ ਵਿੱਚ ਤੁਹਾਨੂੰ ਇੱਕ ਸੂਟ ਦਿਖਾ ਚੁੱਕੀ ਹਾਂ ਬਟ ਇਹ ਇੱਕ ਨਵਾਂ ਦੂਜਾ ਰੈਡੀ ਹੋ ਕੇ ਆਇਆ ਇਸ ਦਾ ਬਾਰਡਰ ਹੈ ਜਿਹੜਾ ਸ਼ਰਟ ਦੀ ਫਰੰਟ ਦੇ ਬਾਰਡਰ ਆ ਉਸ ਉੱਪਰ ਆਏਗਾ ਇਹ ਸੈਂਟਰ ਪੈਨਲ ਦੇ ਵਿੱਚ ਜਿਹੜੇ ਹੈਗੇ ਆ ਤਿੰਨ ਲੇਅਰਸ ਜਾ ਰਹੀਆਂ ਸ਼ਰਟ ਦੀ ਲਾਸਟ ਦੇ ਵਿੱਚ ਤੁਸੀਂ ਇੱਥੇ ਨਿਕ ਨੈਕ ਬਣਾ ਸਕਦੇ ਹੋ ਸੇਮ ਉਸੇ ਤਰ੍ਹਾਂ ਜਿਹੜਾ ਹੈਗਾ ਇਹ ਬੈਕ ਦਾ ਬਾਰਡਰ ਦਿੱਤਾ ਗਿਆ ਹੈਗਾ ਤੇ ਬੈਕ ਦੇ ਉੱਪਰ ਵੀ ਸੇਮ ਉਸੇ ਤਰ੍ਹਾਂ ਜਿਹੜਾ ਹੈਗਾ ਉਹ ਪੈਟਰਨ ਰੈਡੀ ਕੀਤਾ ਗਿਆ ਇਸ ਤਰ੍ਹਾਂ ਜਿਹੜਾ ਹੈਗਾ 슬ੀਵਜ਼ ਇਸ ਦੇ 슬ੀਵਜ਼ ਹਨ 슬ੀਵਜ਼ ਤੇ ਵੀ ਸੇਮ ਜਿਹੜਾ ਹੈਗਾ ਉਹ ਬੈਕ ਤੇ ਫਰੰਟ ਦੀ ਤਰ੍ਹਾਂ ਬਾਰਡਰ ਬਣਿਆ ਹੋਇਆ ਤੇ ਇੱਕ ਜਿਹੜਾ ਫਲਾਵਰ ਹੈ ਉਹ ਬਣਾਇਆ ਗਿਆ ਇਸੇ ਤਰ੍ਹਾਂ ਜਿਹੜਾ ਹੈਗਾ ਇਸ ਦੀ ਸਾਈਡ ਤੋਂ ਤੁਸੀਂ ਪੌਂਚਾ ਲਈਏ ਬਾਰਡਰ ਜਿਹੜਾ ਹੈਗਾ ਉਹ ਹੀ ਯੂਜ਼ ਕਰ ਸਕਦੇ ਹੋ ਤੁਸੀਂ ਚਾਹੋ ਤੇ ਇਹਦਾ ਪੈਂਟ ਸੂਟ ਵੀ ਬਣਾ ਸਕਦੇ ਹੋ ਚਾਹੇ ਤੁਸੀਂ ਇਸ ਦੀ ਸਲਵਾਰ ਦੀ ਮੂਰੀ ਉੱਪਰ ਵੀ ਇਸ ਨੂੰ ਲਿਆ ਸਕਦੇ ਹੋ ਇਹ ਜੌਰਜਟ ਤੇ ਬਣਿਆ ਹੋਇਆ ਸੂਟ ਦੂਜਾ ਸੂਟ ਹੈਗਾ ਇਸ ਦਾ ਕਲਰ ਮੈਰੂਨ ਹੈ ਸ਼ਾਇਦ ਕੈਮਰੇ ਦੇ ਵਿੱਚ ਸਾਨੂੰ ਥੋੜਾ ਜਿਹਾ ਹੋਰ ਕਲਰ ਦਿਖਾਈ ਦੇ ਰਿਹਾ ਬਟ ਇਹ ਰੈੱਡ ਡਾਰਕ ਜਿਹੜਾ ਹੈਗਾ ਰੈੱਡ ਉਹ ਕਲਰ ਹੈਗਾ ਇਸ ਉੱਪਰ 골ਡ ਇਹ ਸਾਰਾ ਜਿਹੜਾ ਹੈਗਾ ਉਹ 골ਡਨ ਪੇਂਟ ਕੀਤਾ ਹੋਇਆ ਪੇਂਟ ਵੀ ਜਿਹੜਾ ਉਹ ਸ਼ਾਈਨਿੰਗ ਵਾਲਾ ਹੈਗਾ ਜਿਸ ਇਸ ਇੱਕ ਬਹੁਤ ਹੀ ਜ਼ਿਆਦਾ ਸੋਹਣਾ ਕਹਿ ਸਕਦੇ ਅਸੀਂ ਪਾਰਟੀ ਵੀਅਰ ਸੂਟ ਬਣ ਕੇ ਰੈਡੀ ਹੁੰਦਾ ਇਸ ਨੂੰ ਅਸੀਂ ਹੋਰ ਵੀ ਫਿਨਿਸ਼ਿੰਗ ਦੇਣ ਵਾਸਤੇ ਚਾਕਾਂ ਦੇ ਉੱਪਰ ਜਿਹੜਾ ਹੈਗਾ ਉਹ ਲੈਸ ਯੂਜ਼ ਕਰ ਸਕਦੇ ਆ ਜਾਂ ਕੋਈ ਵੀ ਫੈਂਸੀ ਗੋਟਾ ਜਿਹੜਾ ਹੈਗਾ ਉਹ ਯੂਜ਼ ਕਰ ਸਕਦੇ ਆ ਇਸ ਦਾ ਦੁਪੱਟਾ ਜੇਕਰ ਤੁਸੀਂ ਰੈਡੀ ਕਰਵਾਉਣਾ ਤਾਂ ਪਲੇਨ ਵੀ ਰੈਡੀ ਹੋ ਜਾਂਦਾ ਉਸ ਨੂੰ ਅਸੀਂ ਲੈਸ ਨਾਲ ਫਿਨਿਸ਼ਿੰਗ ਫਿਨਿਸ਼ਿੰਗ ਦੇ ਸਕਦੇ ਹਾਂ ਅਗਰ ਤੁਸੀਂ ਚਾਹੋ ਤਾਂ ਸੀਮ ਪੈਟਰਨ ਜਿਹੜਾ ਹੈਗਾ ਉਹ ਦੁਪੱਟੇ ਤੇ ਵੀ ਬਣ ਸਕਦਾ ਜੇਕਰ ਤੁਸੀਂ ਉਸ ਨੂੰ ਹੋਰ ਵੀ ਹੈਵੀ ਲੁੱਕ ਦੇਣਾ ਚਾਹੁੰਦੇ ਹੋ ਅਗਰ ਤੁਸੀਂ